ਦੁਨੀਆ ਭਰ ਵਿੱਚ ਕਲੋਰ ਅਲਕਲੀ ਉਦਯੋਗ ਨਿਰੰਤਰ ਵਿਕਾਸ ਵੱਲ ਵੱਧ ਰਿਹਾ ਹੈ। ਉਭਰਦੇ ਬਾਜ਼ਾਰਾਂ ਕਾਰਨ ਮੰਗ ਵਿੱਚ ਵਾਧੇ ਨਾਲ ਇਹ ਤੇਜ਼ੀ ਨਾਲ ਵੱਧ ਰਿਹਾ ਹੈ। ਵਰਤਮਾਨ ਵਿੱਚ ਇਸ ਦਾ ਸਭ ਤੋਂ ਵੱਡਾ ਬਾਜ਼ਾਰ ਏਸ਼ੀਆ ਪ੍ਰਸ਼ਾਂਤ ਖੇਤਰ ਹੈ। ਇਹ ਉਦਯੋਗ ਹੋਰ ਬਹੁਤ ਸਾਰੇ ਨਿਰਮਾਣ ਉਦਯੋਗਾਂ ਨੂੰ ਕਈ ਤਰ੍ਹਾਂ ਦੇ ਰਸਾਇਣਾਂ ਦੀ ਸਪਲਾਈ ਕਰਦਾ ਹੈ। ਇਹਨਾਂ ਰਸਾਇਣਾਂ ਵਿੱਚ ਕਾਸਟਿਕ ਸੋਡਾ ਲਾਈ ਜਾਂ ਫਲੈਕਸ, ਤਰਲ ਕਲੋਰੀਨ ਅਤੇ ਹਾਈਡਰੋਜਨ ਸ਼ਾਮਲ ਹਨ। ਉਲੇਖਯੋਗ ਤੌਰ 'ਤੇ ਇਹ ਉਦਯੋਗ ਬਾਲਣ ਅਤੇ ਕੱਚੇ ਮਾਲ ਦੇ ਰੂਪ ਵਿੱਚ ਬਿਜਲੀ ਦਾ ਇੱਕ ਵੱਡਾ ਖਪਤਕਾਰ ਹੈ। ਗਲੋਬਲ ਸਮਰੱਥਾ ਵਿੱਚ ਭਾਰਤ ਦੇ ਕਲੋਰ ਅਲਕਲੀ ਖੇਤਰ ਦੀ ਹਿੱਸੇਦਾਰੀ ਲਗਭਗ 4% ਹੈ। ਆਪਣੇ ਗਲੋਬਲ ਹਮ ਰੁਤਬਾ ਦੇ ਉਲਟ ਭਾਰਤੀ ਕਲੋਰ ਅਲਕਲੀ ਸੈਕਟਰ ਪਾਰਾਸੈਲ ਨੂੰ ਖਤਮ ਕਰਨ ਅਤੇ ਅਤਿ ਆਧੁਨਿਕ ਊਰਜਾ ਕੁਸ਼ਲ ਮੈਂਬਰੇਨ ਟੈਕਨੋਲੋਜੀ ਨੂੰ ਅਪਣਾਉਣ ਵਿੱਚ ਕਈ ਦੇਸ਼ਾਂ ਤੋਂ ਅੱਗੇ ਹੈ। ਊਰਜਾ ਕੁਸ਼ਲਤਾ ਦੇ ਪੱਖ ਇਹ ਇਸ ਖੇਤਰ ਦੀ ਯਾਤਰਾ ਦੀ ਕਹਾਣੀ ਹੈ। ਸਾਲ 2008 ਵਿੱਚ ਆਬੋ ਹਵਾ ਤਬਦੀਲੀ ਦੇ ਰਾਸ਼ਟਰੀ ਕਾਰਜ ਯੋਜਨਾ ਨੇ 8 ਰਾਸ਼ਟਰੀ ਮਿਸ਼ਨਾਂ ਦੀ ਸਥਾਪਨਾ ਕੀਤੀ ਜੋ ਆਬੋ ਹਵਾ ਤਬਦੀਲੀ ਦੇ ਅਸਰ ਨੂੰ ਘੱਟ ਕਰਨ ਲਈ ਇੱਕ ਲੰਮੀ ਮਿਆਦ ਬਹੁ ਹੁਨਰਮੰਦ ਰਣਨੀਤਿਕ ਨਜ਼ਰੀਏ ਦੀ ਪ੍ਰਤੀਨਿਧਤਾ ਕਰਦੇ ਹਨ। ਇਹਨਾਂ ਮਿਸ਼ਨਾਂ ਵਿੱਚੋਂ ਇੱਕ ਊਰਜਾ ਕੁਸ਼ਲਤਾ ਵਧਾਉਣ ਲਈ ਰਾਸ਼ਟਰੀ ਮਿਸ਼ਨ ਜੋ ਊਰਜਾ ਕੁਸ਼ਲਤਾ ਵਿੱਚ ਵਾਧਾ ਕਰਨ ਅਤੇ ਕਾਇਮ ਰੱਖਣ ਵਾਲੇ ਨਵੀਨਤਾਕਾਰੀ ਨੀਤੀ ਵਿੱਤ ਵਿਧੀ ਤੰਤਰ ਅਤੇ ਕਾਰੋਬਾਰੀ ਮਾਡਲ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਇੱਕ ਨਿਰਧਾਰਿਤ ਸਮਾਂ ਸੀਮਾ ਦੀ ਰੂਪਰੇਖਾ ਦੇ ਅੰਦਰ ਇੱਕ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਵਿਸ਼ੇਸ਼ ਪ੍ਰਾਪਤੀ ਦੇ ਨਾਲ ਪ੍ਰਾਪਤ ਕੀਤਾ ਜਾਣਾ ਹੈ। ਇਸ ਮਿਸ਼ਨ ਨੂੰ ਲਾਗੂ ਕਰਨ ਦੀ ਯੋਜਨਾ ਊਰਜਾ ਮੰਤਰਾਲਾ ਅਤੇ ਊਰਜਾ ਕੁਸ਼ਲਤਾ ਬਿਊਰੋ ਦੁਆਰਾ ਤਿਆਰ ਕੀਤੀ ਗਈ ਸੀ। ਇਸ ਯੋਜਨਾ ਦੇ ਅਨੁਸਾਰ ਇੱਕ ਮਾਰਕੀਟ ਆਧਾਰਿਤ ਤੰਤਰ ਜਿਸ ਨੂੰ ਐਗਜ਼ੀਕਿਊਸ਼ਨ, ਉਪਲਬਧੀ ਅਤੇ ਕਾਰੋਬਾਰ ਜਾਂ ਪੈਟ ਵਜੋਂ ਜਾਣਿਆ ਜਾਂਦਾ ਹੈ ਨੂੰ ਵੱਡੇ ਊਰਜਾ ਵਾਲੇ ਉਦਯੋਗਾਂ ਵਿੱਚ ਊਰਜਾ ਕੁਸ਼ਲਤਾ ਵਿੱਚ ਸੁਧਾਰ ਲਈ ਸ਼ੁਰੂ ਕੀਤਾ ਗਿਆ ਸੀ। ਪੈਟ ਸਕੀਮ ਦਾ ਉਦੇਸ਼ ਖਾਸ ਊਰਜਾ ਦੀ ਖਪਤ ਨੂੰ ਘੱਟ ਕਰਨ ਅਤੇ ਊਰਜਾ ਬੱਚਤ ਦੀ ਮਾਤਰਾ ਨਿਰਧਾਰਿਤ ਕਰਨ ਲਈ ਇੱਕ ਕਾਰਜ ਪ੍ਰਣਾਲੀ ਵਿਕਸਿਤ ਕਰਨਾ ਸੀ। ਇਹ ਵਿਵਸਥਾ ਕੰਪਨੀਆਂ ਨੂੰ ਇਹਨਾਂ ਬੱਚਤਾਂ ਨੂੰ ਊਰਜਾ ਬੱਚਤ ਪ੍ਰਮਾਣ ਪੱਤਰ ਜਾਂ ਈ ਸਰਟਸ ਦੇ ਰੂਪ ਵਿੱਚ ਪ੍ਰਬੰਧਨ ਕਰਨ ਲਈ ਯੋਗ ਬਣਾਏਗੀ। ਪੈਟ ਯੋਜਨਾ ਨੂੰ ਲਾਗੂ ਕਰਨ ਦੀ ਯੋਜਨਾ ਦੁਆਰਾ ਸਮਰਥਿਤ ਕੀਤਾ ਗਿਆ ਹੈ ਜੋ ਚੱਕਰਾਂ ਦੀ ਇੱਕ ਲੜੀ ਵਿੱਚ ਫੈਲੀ ਹੈ ਜਿਸ ਵਿੱਚ ਹਰੇਕ ਚੱਕਰ ਨੂੰ 3 ਸਾਲ ਦਾ ਸਮਾਂ ਦਿੱਤਾ ਗਿਆ ਹੈ। 13 ਖੇਤਰਾਂ ਦੀ 956 ਉਦਯੋਗਿਕ ਇਕਾਈਆਂ ਵਿੱਚ 5 ਚੱਕਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ 13 ਖੇਤਰ ਹਨ ਐਲੂਮੀਨੀਅਮ, ਸੀਮੈਂਟ, ਕਲੋਰ ਅਲਕਲੀ, ਖਾਦ, ਲੋਹਾ ਅਤੇ ਸਟੀਲ, ਕਾਗਜ਼ ਅਤੇ ਮਿੱਚ, ਤਾਪ ਬਿਜਲੀ ਆਲਾ, ਕੱਪੜਾ, ਡਿਸਕੌਮ, ਰੇਲਵੇ, ਪੈਟਰੋਲੀਅਮ ਰਿਫਾਇਨਰੀ, ਵਪਾਰਕ ਇਮਾਰਤਾਂ, ਹੋਟਲ ਅਤੇ ਪੈਟਰੋਕੈਮੀਕਲ। ਭਾਰਤ ਵਿੱਚ ਕਲੋਰ ਅਲਕਲੀ ਸੈਕਟਰ ਊਰਜਾ ਕੁਸ਼ਲਤਾ ਦੇ ਮਾਮਲੇ ਵਿੱਚ ਵੱਖ ਵੱਖ ਚੁਣੌਤੀਆਂ ਪੇਸ਼ ਕਰਦਾ ਹੈ। ਭਾਰਤ ਦਾ ਕਾਸਟਿਕ ਸੋਡਾ ਉਦਯੋਗ ਲਗਭਗ 65 ਸਾਲ ਪੁਰਾਣਾ ਹੈ ਅਤੇ ਜਦੋਂ ਪੈਟ ਯੋਜਨਾ ਲਾਗੂ ਕੀਤੀ ਗਈ ਸੀ ਤਾਂ ਉਸ ਦੀਆਂ ਜ਼ਿਆਦਾਤਰ ਪ੍ਰਕਿਰਿਆਵਾਂ ਮੌਜੂਦਾ ਕੁਸ਼ਲਤਾ ਦੇ ਮਾਪਦੰਡ ਤੇ ਖਰੀ ਨਹੀਂ ਉਤਰ ਸਕੀਆਂ ਸਨ। The scheme has helped the sector in ਇਸ ਯੋਜਨਾ ਨੇ ਇਸ ਖੇਤਰ ਨੂੰ ਸਭ ਤੋਂ ਵੱਧ ਊਰਜਾ ਕੁਸ਼ਲ ਜ਼ੀਰੋ ਗੈਪ ਮੈਂਬਰੇਨ ਟੈਕਨੋਲੋਜੀ ਨਾਨ ਵਿੱਚ ਸਹਾਇਤਾ ਕੀਤੀ ਹੈ ਜਿਸ ਨਾਲ ਊਰਜਾ ਦੀ ਖਪਤ ਵਿੱਚ ਲਗਭਗ 16% ਦੀ ਕਮੀ ਆਈ ਹੈ। ਕਲੋਰ ਅਲਕਲੀ ਖੇਤਰ ਨੇ ਪੈਟ ਇੱਕ ਚੱਕਰ ਦੇ ਦੌਰਾਨ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਇਸ ਖੇਤਰ ਦੀ ਊਰਜਾ ਖਪਤ ਵਿੱਚ ਮਹੱਤਵਪੂਰਨ ਕਮੀ ਆਈ। ਰਿਪੀਟ, ਇਸ ਤੋਂ ਇਲਾਵਾ ਭਾਰਤੀ ਕਲੋਰ ਅਲਕਲੀ ਸੈਕਟਰ ਪਾਰਾਸੈਲ ਨੂੰ ਖਤਮ ਕਰਨ ਅਤੇ ਇਲੈਕਟ੍ਰੋਲਾਈਜ਼ਰਸ ਅਤੇ ਗ੍ਰੀਨ ਮੈਂਬਰੇਨ ਟੈਕਨੋਲੋਜੀ ਨੂੰ ਸ਼ੁਰੂ ਕਰਨ ਵਿੱਚ ਕਈ ਦੇਸ਼ਾਂ ਤੋਂ ਅੱਗੇ ਹੈ। ਡਿਊਰਿੰਗ ਪੈਟ 1 ਸਾਈਕਲ, ਇਨ ਫੈਕਟ ਵੀ ਹੈਵ ਸੀਨ ਪੈਟ 1 ਚੱਕਰ ਦੇ ਦੌਰਾਨ
ਅਸੀਂ ਆਪਣੇ ਕਾਸਟਿਕ ਕਲੋਰੀਨ ਆਲੇ ਦੇ ਊਰਜਾ ਅਨੁਕੂਲਤਾ ਵਿੱਚ ਸੁਧਾਰ ਵੇਖਿਆ। ਲਗਭਗ 9 ਮੈਗਾਵਾਟ ਘੰਟੇ ਦੀ ਊਰਜਾ ਬਚਤ ਹੋਈ ਹੈ, ਜੋ ਅਸਲ ਵਿੱਚ ਪ੍ਰੀਖਣ ਦੇ 8,520 ਈ ਸਰਟੀਫਿਕੇਟ ਦੇ ਬਰਾਬਰ ਹੋਣ ਤੋਂ ਬਾਅਦ ਪ੍ਰਾਪਤ ਹੋਇਆ ਅਤੇ ਇਹ ਇਸ ਕਾਸਟਿਕ ਕਲੋਰੀਨ ਪਲਾਂਟ ਦੁਆਰਾ ਊਰਜਾ ਦੀ ਵੱਡੀ ਪਲਾਂਟ। ਇਸ ਪ੍ਰਕਿਰਿਆ ਦੇ ਦੌਰਾਨ ਅਸੀਂ ਆਪਣੀ ਦੂਜੀ ਪੀੜ੍ਹੀ ਦੇ ਸੈੱਲ ਨੂੰ 5ਵੀਂ ਪੀੜ੍ਹੀ ਦੇ ਸੈੱਲ ਵਿੱਚ ਬਦਲ ਦਿੱਤਾ। ਅਸੀਂ ਆਪਣੇ ਐਫੀ ਸੰਚਾਲਨ ਨੂੰ ਅਨੁਕੂਲ ਬਣਾਇਆ ਅਤੇ ਇਸ ਪ੍ਰਕਿਰਿਆ ਦੇ ਦੌਰਾਨ ਅਸੀਂ ਸਭ ਕੁਝ ਟੀਚੇ ਨੂੰ ਅਸੀਂ ਡਾਇਓਟਾਈਪ ਰੈਕਟੀਫਾਇਰ ਤੋਂ ਥਾਈਰਿਸਟਰ ਆਧਾਰਿਤ ਰੈਕਟੀਫਾਇਰ ਵਿੱਚ ਬਦਲ ਗਏ ਹਾਂ। ਇਸ ਨਾਲ ਨਾ ਸਿਰਫ ਰਿਫਾਈਨਿੰਗ ਦੀ ਕਾਰਜ ਕੁਸ਼ਲਤਾ 94% ਤੋਂ ਵੱਧ ਕੇ 97% ਹੋ ਗਈ ਹੈ, ਬਲਕਿ ਪਲਾਂਟ ਲਈ ਉਪਕਰਨਾਂ ਦੀ ਉਪਲਬਧਤਾ ਵੀ ਬਹੁਤ ਵੱਧ ਗਈ ਹੈ, ਜਿਸ ਕਾਰਨ ਪਲਾਂਟ ਦੀ ਕਾਰਜਸ਼ੀਲ ਭਰੋਸੇਯੋਗਤਾ ਬਹੁਤ ਜ਼ਿਆਦਾ ਵੱਧ ਗਈ ਹੈ, ਉਸਦੇ ਸੁਧਾਰ ਹੋਇਆ। ਅਸੀਂ ਆਪਣੇ 2 ਗੁਣਾ 5 ਮੈਗਾਵਾਟ ਦੇ ਥਰਮਲ ਪਾਵਰ ਪਲਾਂਟ ਵਿੱਚ ਇੰਜੈਕਸ਼ਨ ਪ੍ਰੋਸੀਜਰ ਟਰਬਾਈਨ ਦੀ ਵਰਤੋਂ ਵੀ ਕੀਤੀ ਹੈ, ਜਿਸ ਨਾਲ ਸਾਡੀ ਬਿਜਲੀ ਉਤਪਾਦਨ 50 ਤੋਂ 58.27 ਮੈਗਾਵਾਟ ਤੱਕ ਵੱਧ ਗਿਆ। ਇਸ ਤੋਂ ਇਲਾਵਾ ਅਸੀਂ ਭਾਫ਼ ਸੋਖਣ ਵਾਲੀ ਸੀਲਿੰਗ ਮਸ਼ੀਨ ਦੀ ਵਰਤੋਂ ਵੀ ਕੀਤੀ ਹੈ, ਜਿਸ ਨਾਲ ਦੁਬਾਰਾ ਊਰਜਾ ਦੀ ਬਚਤ ਹੋਈ ਹੈ। ਕਲੋਰ ਅਲਕਲੀ ਸੈਕਟਰ ਵਿੱਚ ਪੈਟ ਸਕੀਮ ਦੀ ਸਫਲਤਾ ਇਸ ਤੱਥ ਨਾਲ ਦਰਸਾਈ ਗਈ ਹੈ ਕਿ DCIS ਨੇ 0.093 ਮਿਲੀਅਨ ਟਨ ਤੇਲ ਦੇ ਬਰਾਬਰ 0.21 ਮਿਲੀਅਨ ਟਨ ਕੋਲੇ ਦੀ ਬਚਤ ਕੀਤੀ ਹੈ। ਕੁੱਲ ਮਿਲਾ ਕੇ 3.94 ਅਰਬ ਰੁਪਈਏ ਦੇ ਨਿਵੇਸ਼ ਦੇ 0.62 ਅਰਬ ਰੁਪਈਏ ਦੀ ਬਚਤ ਦੇ ਬਰਾਬਰ ਹੈ ਅਤੇ ਇਹ ਆਪਣੀ ਕਹਾਣੀ ਆਪ ਦੱਸਦਾ ਹੈ।